ਕਬੱਡੀ ਮੀਆਂ ਕਫਲੀ ਸਾਹਿਬ ਸਾਡੇ ਮੇਨ ਸਪਾਂਸਰ ਵੇਂਦੇ ਪਏ ਉੱਤੇ ਬਹਿ ਕੇ ਇੱਧਰ ਦੇਖੋ ਚੌਹੇ ਲੱਗੇ ਸਖਤ ਸਵਾਲ ਨਾ ਪੁੱਛੋ ਅੱਜ ਕੱਲ ਸਾਡਾ ਹਾਲ ਨਾ ਪੁੱਛੋ ਸੋਚ ਹਲਾਰੇ ਖਾ ਜਾਂਦੀ ਏ ਸਦਕੇ ਇੱਧਰ ਜਾਬਰ ਕੰਬੋ ਕਬੱਡੀ ਦੇ ਪਰਮਾਨ ਲੱਗਾ ਮੁੰਡਾ ਇੱਕ ਵਾਰੀ ਫਿਰ ਮੁਹੰਮਦ ਇਮਰਾਨ ਬਾਲਾ ਆਹ ਦੇਖੋ ਕੀ ਬਣਿਆ ਬਹੁਤ ਸ਼ੁਕਰੀਆ ਮੁਹਤਰਮ ਨਦੀਮ ਅਬਾਸ ਬਾਲਾ ਸਾਹਿਬ ਮੈਂਬਰ ਸੂਬਾਈ ਅਸੈਂਬਲੀ ਮੇਰੇ ਸਟੇਜ ਦੇ ਗੁਲਦਸਤੇ ਦੀ ਰੌਣਕ ਅੱਗੇ ਰਾਣਾ ਅਲੀ ਸ਼ਾਨ ਵਰਗੀਆਂ ਕੰਧਾਂ ਨਈਮ ਬੱਟ ਵਰਗੇ ਚੀਤੇ ਆਹ ਦੇਖੋ ਕੀ ਬਣਿਆ ਡਬਲ ਟੱਚ ਨੰਬਰ ਮੁਹੰਮਦ ਇਰਫਾਨ ਇਸ ਨੌਜਵਾਨ ਦਾ ਤਲਕ ਲਓ ਸਾਹਮਣੇ ਅਤੀਕ ਤਾਵਾ ਆਏ ਹਾਏ ਰਾਣੇ ਮਾਜਦ ਦਾ ਸ਼ਗਿਰਦ ਜੀ ਨੇ ਦਿੱਤਾ ਲਈ ਖੇਡ ਮੈਦਾਨ ਦੀ ਬੜੀ ਨਜ਼ੀਰਤ ਲਓ ਸਾਹਮਣੇ ਨਈਮ ਬੱਟ ਦੇ ਨਾਲ ਟੱਕਰ ਕਹਿੰਦੇ ਪੰਜ ਭਾਈ ਕਬੱਡੀ ਕਰਦੇ ਕੋਲ ਬਿੰਜਾਮੀਨ ਮਲਕ ਔਰ ਲੈ ਗਏ ਮਹਿੰਗੀ ਕਰ ਰਿਹਾ ਬਬਰੂ ਵਹੀਦ ਪੱਟੀ ਦੀ ਪੈਂਦੀ ਕਬੱਡੀ ਰਾਜਾ ਬਸ਼ਾਰਤ ਸਾਹਿਬ ਜਦੋਂ ਦੇ ਸਾਡੇ ਪ੍ਰਧਾਨ ਬਣੇ ਨੇ ਕਬੱਡੀ ਲੱਖਾਂ ਤੋਂ ਕਰੋੜਾਂ ਤੇ ਅੱਜ ਬੜੀ ਅਰੂਜ ਤੇ ਚਲੀ ਗਈ ਅਸੀਂ ਸ਼ੁਕਰੀਆ ਅਦਾ ਕਰਨ ਲਈ ਸਾਹਮਣੇ ਕਮਰ ਬੱਟ ਔਰ ਵਹੀਦ ਪੱਟੀ ਪੁਆਇੰਟ ਕਲੀਅਰ ਕੀਤਾ ਅਸੀਂ ਗੁੱਜਰ ਔਰ ਸਾਹਮਣੇ ਇਮਰਾਨ ਬਾਲਾ ਔਰ ਸ਼ਾਨੀ ਬਸਰੇ ਦੇ ਨਾਲ ਦੇਖਾਂਗੇ ਚਮਨ ਦੇ ਵਿੱਚੋਂ ਕਿਹਦੇ ਨਾਲ ਟੱਕਰ ਹੋਵੇਗੀ ਦੇਖ ਰਿਹਾ ਬਾਈ ਸਾਹਮਣੇ ਲਓ ਅਲੀ ਸ਼ਾਨ ਇਸੇ ਧਰਤੀ ਦਾ ਕਹਿੰਦੇ ਬਾਬਰ ਸੁਲਤਾਨ ਜ਼ਫਰ ਸਾਹਿਬ ਦੇਖਣਾ ਅਗਰ ਮੁੰਡਾ ਜੱਪਾ ਕਰ ਦੇ ਤੇ ਇਸ ਵੇਲੇ ਇਸ ਮੈਚ ਦਾ ਵੱਡਾ ਜੱਪਾ ਤਾੜੀ ਮਾਰੋ ਯਾਰ ਇੱਕ ਵਾਰੀ ਲੈ ਬਾਈ ਸੋਹਣਿਆ ਬਸ ਵਿਸਰ ਹੋਈ ਮਤਲੂਬ ਅਹਿਮਦ ਚੌਹਾਂ ਦੀ ਚੇਨ ਮੁੰਡਾ ਵੇਲਿਆ ਰਾਸ਼ਦ ਮਲਕ ਨੇ ਟਰਾਈ ਕੀਤੀ ਹੈ ਮਾਣ ਲੱਗਾ ਮੁੰਡਾ ਨਿਕਲ ਕੇ ਕਬੱਡੀ 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 ਹੁੰਦੀ ਪਈ ਮੈਦਾਨ ਦੇ ਵਿੱਚ ਜ਼ਮਾਨ ਮਾਮੇ ਦੇ ਧੱਕੇ ਦੇਖ ਲਓ ਉਹ ਕੀਤਾ ਚੱਕਾ ਜਾ ਮੁੰਡੇ ਨੇ ਉਹ ਬੱਜੀ ਕੈਂਚੀ ਬੱਲੇ ਸਦਕੇ ਜਵਾਏ ਨੰਬਰ ਇੱਕ ਕਬੱਡਰ ਦਾ ਲੰਮਲਾ ਮਾਰਨ ਵਾਸਤੇ ਤੁਰ ਪਿਆ ਮੁੰਡਾ ਸਾਹੀਵਾਲ ਜ਼ਫਰ ਅਲੀ ਸਟੇਡੀਅਮ ਦੇ ਵਿੱਚ ਉਹ ਦੇਖੋ ਪੁੱਛੇ ਕਿਆ ਬਾਤ ਹੈ ਜੀ ਸਾਹਮਣੇ ਵੇਖ ਰਿਹਾ ਇਹ ਅਲੀ ਸ਼ਾਨ ਸ਼ਹੀਦ ਆ ਪਾਕਿਸਤਾਨ ਰਾਣਾ ਅਲੀ ਸ਼ਾਨ ਜੀ ਦਾ ਤਲਕ ਇਸੇ ਜ਼ਿਲ੍ਹੇ ਦੇ ਨਾਲ ਹੈ ਸਾਹਮਣੇ ਆਏ ਹੱਕਾਂਗੇ ਜੀ ਕਿਹੜਾ ਵਾਪੀ ਜੱਪਾ ਕਰੇਗਾ ਲੇਕਿਨ ਕੋਸ਼ਿਸ਼ ਚੱਲ ਰਹੀ ਹੈ ਨਾ ਮਤਰੂਬ ਅਲੀ ਮਤਰੂਬਾ ਆਏ ਹਾਏ ਹਾਏ ਨਾ ਕੈਂਚੀ ਨਾਲ ਹੀ ਸੁੱਟੀ ਕੈਂਚੀ ਔਰ ਮੈਂ ਦੇਖ ਰਿਹਾ ਕਿ ਜੋੜਾ ਖਿੱਚਿਆ ਬਹੁਤ ਤਗੜਾ ਜੱਪਾ ਲੇਕਿਨ ਦੇਖ ਬਾਈ ਪੁਲਿਸ ਵਾਲੇ ਸਾਈਡ ਤੇ ਬਾਈ ਜਾਨ ਲਓ ਜੀ ਅਲੀ ਸਾਹਿਬ ਨੂੰ ਪਤਾ ਲੱਗਿਆ ਕਿ ਇਹ ਪਾਪਾ ਕਬੱਡੀ ਦੀ ਫਤਿਹ ਹੋਈ ਆ ਇੱਧਰ ਜਾਬਰ ਕੰਬੋ ਨੇ ਨੰਬਰ ਦਾ ਵਾਅਦਾ ਕਬੱਡੀ ਦੇ ਉੱਪਰ ਉੱਧਰ ਦੇਖਿਓ ਭਾਈ ਕਮਰ ਬੱਜ ਧੱਕੇ ਮਾਰਦਾ ਪਿਆ ਇੱਧਰ ਵੀ ਦਾ ਪੱਟੀ ਬੱਲੇ ਹਿੱਕਾਂ ਦੇ ਨਾਲ ਹਿੱਕਾਂ ਖਿੰਝੀਆਂ ਪਈਆਂ ਬੱਲੇ ਪਹਾੜਾਂ ਦੇ ਵਿੱਚ ਪਹਾੜ ਦੀ ਟੱਕਰ ਵੱਜਦੀ ਪਈ ਆ ਸਦਕੇ ਬੱਲੇ ਬੱਲੇ ਨੰਬਰ ਇੱਕ ਬੰਨਾ ਜੱਟ ਲੁਧਿਆਣੀਆਂ ਅਗਲੀ ਕਬੱਡੀ ਦੇ ਉੱਪਰ ਅਗਲੇ ਬਾਰੇ ਦੇ ਉੱਪਰ ਨਿਕਲਿਆ ਬਾਹਰ ਗਲੈਡੀਏਟਰ ਔਰ ਸ਼ਾਨੀ ਬਸਰਾ ਇੱਧਰ ਮਾਮਾ ਜੱਟ ਵੇਖੋ ਕਬੱਡੀ ਜਿੱਤਦੀ ਹੈ ਬੱਲੇ ਹੰਡੇ ਦੁਆਏ ਪਰ ਜਾਪੀ ਕੌਣ ਜਾਪੀ ਜੱਪਾ ਕਰੇਗਾ ਸਾਹਮਣੇ ਚਾਰ ਜਾਪੀ ਨੇ ਲਓ ਮਲਕ ਰਾਸ਼ਦ ਸਾਜਦ ਇਨਸਾਨ ਸਾਜਾ ਗੁੱਜਰ ਲਓ ਮਲਕ ਰਾਸ਼ਦ ਦੇ ਨਾਲ ਟੱਕਰ ਹੋਈ ਹੈ ਲਓ ਇੱਕ ਲੱਤ ਚੱਕੀ ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਮਾਨ ਮਾਨਾ ਵੀ ਬੜਾ ਸਿਆਣਾ ਪਰ ਮੈਨੂੰ ਲੱਗਦਾ ਕਿ ਜੱਪਾ ਕੰਪਰਾ ਨੇ ਜਾਪੀ ਦੇ ਹਿਸਾਬ ਇਸ ਮੈਦਾਨ ਦੇ ਵਿੱਚ ਜੋ 6 ਅਕਤੂਬਰ 2019 ਨੂੰ ਅੱਜ ਸਾਈਵਾਲ ਦੀ ਧਰਤੀ ਤੇ ਫਿਰ ਇੱਕ ਵਾਰੀ ਜੱਪਾ ਕਰਨ ਦੀ ਕੋਸ਼ਿਸ਼ ਅਲੀ ਸ਼ਾਨ ਨੇ ਕੀਤੀ ਹੈ ਰਿਹਾ ਸਦਕੇ ਜਾਵਾ ਰਾਜਾ ਬਸ਼ਾਰਤ ਅਲੀ ਸਾਹਿਬ ਸੁਬਾਈ ਵਜ਼ੀਰ ਬਰਾਏ ਕਾਨੂੰਨ ਅੱਜ ਕਬੱਡੀ ਜਿੱਤਦੀ ਪਈ ਹੈ ਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਜਿੰਦਾਬਾਦ ਔਰ ਰਾਜਾ ਬਸ਼ਾਰਤ ਅਲੀ ਸਾਹਿਬ ਨੇ ਅੱਜ ਪੰਜਾਬ ਦੀ ਪੂਰੇ ਪਾਕਿਸਤਾਨ ਚ ਕਬੱਡੀ ਕੋਸ਼ਨ ਦੌੜਦਾ ਛਿੱਤਰ ਫਿਰ ਕੇ ਫੜ ਦੇਣਾ ਸਾਰਾ ਕੰਮ ਖਰਾਬ ਕਰ ਲਈ ਚੱਲ ਪਈ ਡੋਗਰਾ ਪਾ ਦੇ ਕਬੱਡੀ ਤੈਨੂੰ ਰੱਬ ਦੀਆਂ ਰੱਖਾਂ ਸ਼ੇਰ ਦੀ ਕਬੱਡੀ ਉਹ ਦੇਖੋ ਮੁੰਡੇ ਨੇ ਗਿੱਟਾ ਫੜਿਆ ਬੱਲੇ ਸਾਜਦ ਨਸਾਰ ਸਾਜਾ ਗੁੱਜਰ ਪਰ ਕਬੱਡਰ ਤੇਜ਼ ਰਫਤਾਰ ਨਹੀਂ ਉੱਧਰ ਦੇਖੋ ਦੋ ਨੰਬਰ ਦਾ ਮੁੰਡਾ ਲੱਗਾ ਹੈ ਨਾਲ ਉਹ ਵੱਜਦੇ ਪਏ ਧੱਕੇ ਉਹ ਦੇਖੋ ਪਟਾਕੇ ਬੱਲੇ ਭਾਜੋ ਭਾਈਏ ਵਿਕਾਸ ਰਹੀਮ ਗੁੱਜਰ ਰਾਹ ਕੀ ਕੀਤੀ ਕਹਿੰਦਾ ਪਰਤਾ ਤੇ ਚੌਲਾਂ ਦੇ ਨਾਲ ਕਹਿੰਦਾ ਮੈਂ ਲਵਾਂਗਾ ਟੱਕਰ ਉੱਧਰ ਮਤਲੂਬੇ ਦੇ ਦੇਖੋ ਇਹ ਡਾਜ ਵੱਜਿਆ ਪਰ ਕਮਰ ਬੱਟ ਨੇ ਬਗਲਾ ਚ ਬਾਹਾਂ ਦੇ ਲਈਆਂ ਖੁੱਚ ਪੱਟ ਲਈ ਮੁੰਡੇ ਨੇ ਇਹ ਲੱਗਦਾ ਜੱਫਾ ਲੱਗੂਗਾ ਛਾਤੀਆਂ ਨਾਲ ਛਾਤੀਆਂ ਜੁੜ ਗਈਆਂ ਮੈਂ ਤੇ ਮਾਹੀਆ ਇੰਜ ਮਿਲਦੇ ਸਾਡੇ ਮਿਨਿਸਟਰ ਨੇ ਸੁਬਾਈ ਮਿਨਿਸਟਰ ਔਰ ਸਦਰ ਨੇ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਨਾ ਨਈਮ ਬੱਟ ਨਾ ਜੱਟ ਤੇ ਨਈਮ ਬੱਟ ਲੇਕਿਨ ਦੇਖ ਰਿਹਾ ਇੱਕ ਵਜੇ ਤਜਰਬਾ ਔਰ ਜਵਾਨੀ ਹਲੇ ਇੱਧਰ ਆਇਆ ਜੀ ਇੱਧਰ ਆਏ ਹਜ਼ਮਾਨ ਮਹਾਨਾ ਮਤਲੂਬ ਅਲੀ ਮਤਲੂਬਾ ਕਹਿੰਦੇ ਤਾਰ ਵਹੀ ਜੱਟ ਸਾਹਿਬ ਇਹ ਮਹਾਨਾ ਜੱਟ ਬਹੁਤ ਸਿਆਣਾ ਹੈ ਅਗਰ ਵੱਡਾ ਮਹਾਨਾ ਸਿਆਣਾ
ਤੇ ਛੋਟਾ ਵੀ ਬੜਾ ਸਿਆਣਾ ਆਹ ਹੈ ਲੋਕ ਕਹਿੰਦੇ ਮਕਲੂਬੇ ਦਾ ਵੇਖਣਾ ਜੱਫਾ ਆਹ ਹੱਥ ਛੱਡ ਦਿੱਤੇ ਜਾਬਰ ਵਾਂਗੂ ਪਾਇਆ ਜਾਬਰ ਕੰਡੋ ਇੱਕ ਵਾਰੀ ਫਿਰ ਉੱਤੋਂ ਕਹਿੰਦੇ ਅਸਮਾਨਾਂ ਤੇ ਬੱਦਲ ਛਾਏ ਨੇ ਸਰਦੀ ਦਾ ਮੌਸਮ ਬੜਿਆ ਹੋਇਆ ਲੋ ਸਾਹਮਣੇ ਆਉਣਾ ਬਾਈ ਸਾਹਮਣੇ ਸ਼ਾਨੀ ਬਸਰਾ ਲੇਕਿਨ ਜਾਬਰ ਕੰਡੋ ਦੀ ਤੇਜ਼ ਰਫਤਾਰੀ ਮੈਂ ਵੇਖ ਰਿਹਾ ਧੱਕੇ ਵੱਜ ਰਹੇ ਨੇ ਹੰਕਾ ਦਿਵਾਗੇ ਲੋ ਆਹ ਲੱਗ ਗਿਆ ਪੁਆਇੰਟ ਕਬੱਡੀ ਕਬੱਡੀ ਇਲਾਕਾ ਹੋਇਆ ਉੱਧਰ ਅਤੀਕ ਪਾਵਾ ਇੱਧਰ ਨੌਜਵਾਨ ਮੁਹੰਮਦ ਰਾਸ਼ਦ ਉਹ ਦੇਖੋ ਮਲਕ ਰਾਸ਼ਦ ਬੱਲੇ ਹਾਏ ਜਿਵੇਂ ਖੇਡ ਮੈਦਾਨ ਦੇ ਵਿੱਚ ਹਲਕੀ ਜਿਹੀ ਚਿਹਰੇ ਦੇ ਉੱਪਰ ਮੁਸਕਾਨ ਹੈ ਥੋੜੀ ਖੁਸ਼ੀ ਮਹਿਸੂਸ ਕਰ ਰਿਹਾ ਅੱਜ ਸਾਹੀਵਾਲ ਜ਼ਫਰ ਸਟੇਡੀਅਮ ਦੇ ਵਿੱਚ ਲੱਗਾ ਮੇਲਾ ਲਓ ਸਾਹਮਣੇ ਵਿਕਾਸ ਰਹੀਨ ਗੁੱਜਲ ਆਉ ਗਿਆ ਸਾਹਮਣੇ ਜੀ ਉਸ ਦਾ ਦਿਆ ਦੀ ਕੋਸ਼ਿਸ਼ ਕਰਾਂ ਪਰ ਤੇਰੀ ਵਸੀਮ ਸਾਹਿਬ ਤਵੱਜੋ ਕਰੀ ਆਹ ਹੈ ਅਈਦਾ ਨਾਮ ਹੈ ਮਲਕ ਰਾਸ਼ਦ ਨਦੀਮ ਅਬਾਸ ਬਾਰਾ ਸਾਹਿਬ ਸਾਡੇ ਸਬਾਈ ਅਸੈਂਬਲੀ ਦੇ ਮੈਂਬਰ ਨੇ ਉਹਨਾਂ ਦਾ ਵੀ ਸ਼ੁਕਰੀਆ ਜੋ ਸਾਡੇ ਸਪੈਸ਼ਲ ਆਦਰਲੇ ਪਾਸੇ ਆਇਆ ਵੀ ਜੱਪਾ ਵੇਖਣਾ ਪਰ ਆਉ ਲੱਗ ਗਿਆ ਅਹਿਮਦ ਅਰਸਲਾਨ ਬੱਤੀ ਦੀ ਨਿਕਲਿਆ ਸ਼ਾਨੀ ਬਸਰ ਨੇ ਜਾਂਦੇ ਕੀਤੀ ਹੈ ਦਲਵਰੀ ਕਹਿੰਦਾ ਮੈਂ ਦੱਤਾਂਗਾ ਰਾਹ ਰਾਹ ਡੱਕ ਕੇ ਖੜੋ ਗਿਆ ਮੇਰਾ ਭਾਈ ਸੋਹਣਾ ਪੁੱਤ ਬਸਰਿਆਂ ਦਾ ਸਿੱਧ ਕੇ ਜਾਵਾਂ ਇੱਧਰ ਬੱਤੀ ਦੀਆਂ ਧੋਣਾ ਹੈ ਚੱਲ ਭਾਈ ਆਸਮ ਮੌਲਿਆ ਦੱਸਦਮਾ ਦੇਖੋ ਇਹ ਮਤਲੂਬ ਅਹਿਮਦ ਨੇ ਕੀਤੀ ਹੈ ਟਰਾਈ ਇੰਟਰਨੈਸ਼ਨਲ ਜਾਫੀ ਨੇ ਗੁੱਟ ਫੜਿਆ ਕਹਿੰਦਾ ਟੁੱਟ ਕੇ ਫੜ ਲੈ ਜੀਨ ਦੇ ਗਿਆ ਮੈਂ ਵੀ ਤੇਰੀ ਬਾਂ ਵੀ ਤੇਰੀ ਪਰ ਮੰਦਰ ਹਾਫਿਜ਼ ਆਸਗਾ ਉਸਤਾਦ ਅਹਿਮਦ ਨੇ ਸ਼ਹਿਬਾਜ਼ ਅਲੀ ਬਿੰਦੇਸ਼ਾ ਕਬੱਡੀ 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 ਕਦਾ ਪੱਟ ਚੀਰਿਆ ਰੈਫਰੀ ਮਿਸਟਰ ਤੇ ਹਕੀਮ ਸਾਹਿਬ ਦੱਸਣਗੇ ਜਾਫੀ ਫੜ ਗਿਆ ਪੱਕੜ ਮਜ਼ਬੂਤ ਕਰ ਗਿਆ ਮੰਦਰ ਜਾਫੀ ਦਾ ਚਲੋ ਜੀ ਚਾਰ ਜਾਫੀ ਬਿਲਕੁਲ ਅੱਗੇ ਤਿਆਰ ਬਰ ਤਿਆਰ ਕਿੰਨੀ ਵਾਏਗਾ ਮੁੰਡਾ ਹੱਥ ਸਿੱਧਕਦਮ ਫਸਲੇ ਪੰਜਾਬ ਰਾਜਾ ਬਸ਼ਰਤ ਅਲੀ ਸਾਹਿਬ ਸਟੇਜ ਦੇ ਉੱਪਰ ਤਸ਼ਰੀਫ ਰਮਾਨ ਨੇ ਦਿੰਦੇ ਪਏ ਨੇ ਮੈਚ ਸਾਜੇ ਡੁੱਗਰ ਦੀਆਂ ਟਰਾਈਆਂ ਦੇਖ ਲਓ ਡੁੱਗਰ ਆਓ ਦੇਖੋ ਅੱਜ ਤੁਹਾਡੀਆਂ ਲੋਕਾਂ ਦਾ ਇੰਤਹਾਈ ਸ਼ੁਕਰੀਆ ਜਨਾਬ ਉਹਨਾਂ ਦੇ ਨਾਲ ਹਾਜੀ ਸਿਰਫ ਸੰਧੂ ਸਾਹਿਬ ਦੱਸ ਰਹੇ ਖੁਸ਼ੀ ਮਹਿਸੂਸ ਕਰ ਰਹੇ ਨੇ ਅਸੀਮ ਰਹਿਮਦ ਸਾਹਿਬ ਜਨਾਬ ਉੱਧਰਲੇ ਪਾਸੇ ਵੇਖ ਰਿਹਾ ਬਾਈ ਜਾਬਰ ਕੰਡੋ ਔਰ ਇਮਰਾਨ ਬਾਜਵਾ ਆਏ ਹਾਂ ਇਮਰਾਨ ਬਾਲਾ ਲੈ ਗਿਆ ਪੁਆਇੰਟ ਜੀ ਜਾਬਰ ਕੰਡੋ ਸੁੱਟ ਬਈ ਬਾਜੀ ਸੁੱਟਣ ਦੀ ਤਿਆਰੀ ਸੀ ਤੇਰੀ ਲੇਕਿਨ ਹਾਫ ਟਾਈਮ ਹੋਇਆ ਜੀ ਪਹਿਲੇ ਹਾਫ ਦੇ ਕਪਤਾਨ ਤੇ ਪੁਆਇੰਟ ਪੋਜੀਸ਼ਨ ਥੋੜਾ ਦੱਸਣਾ ਜੀ ਕਬੱਡੀਆਂ ਰਾਏ ਫਕਰ ਯਾਸੀਨ ਸਿੰਘ ਵੇਖਣਾ ਉੱਧਰਲੇ ਪਾਸੇ ਔਰ ਸਲਾਨ ਬੱਤੀ ਨੇ ਲਾ ਕੇ ਸਿੱਟਿਆ ਉੱਤੋਂ ਔਰ ਪੁਆਇੰਟ ਆਈ ਬਾਲ ਦੀ ਟੀਮ ਦਾ ਹਿੱਸਾ ਬਣਿਆ ਅੱਜ ਚੱਲ ਬਈ ਦੇਖ ਰਹੇ ਹਾਂ ਸਾਹਮਣੇ ਕੋਲ ਜਾਪੀ ਮੈਂ ਮਲਕ ਰਾਸ਼ਦ ਹਾਂ ਬਈ ਮਲਕ ਰਾਸ਼ਦ ਪੂਰਾ ਫੜਿਆ ਪਰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਮਿਸਟਰ ਅਬਦੁਲ ਹਕੀਮ ਦੱਸਣਗੇ ਕਿ 30 ਸੈਕਿੰਡ ਦਾ ਸਮਾਂ ਧੰਮਨ ਸਾਹਿਬ ਦੀ ਘੜੀ ਦੱਸੇਗੀ ਇੱਧਰ ਦੇਖ ਰਹੇ ਹਾਂ ਮਿਸਟਰ ਅਬਦੁਲ ਹਕੀਮ ਸਾਹਿਬ ਤੇ ਤਾਰਕ ਸਾਹਿਬ ਦੇਖ ਰਹੇ ਹੋ ਬਸ ਬਈ 30 ਸੈਕਿੰਡ ਦਾ ਸਮਾਂ ਬੀਤਿਆ ਜੀ ਹਲੋ ਹਾਫਲ ਜ਼ਿੰਦਾਬਾਦ ਜੀ ਕਬੱਡੀ ਪਾਉਂਦਾ ਪਿਆ ਮਲਕ ਆਓ ਦੇਖੋ ਜੀ ਰਾਣਾ ਕਹਿੰਦਾ ਜਿੱਤ ਕੇ ਹੀ ਜਾਣਾ ਮੈਂ ਖਾ ਸਦਕੇ ਵੈਲਡਨ ਜ਼ਿੰਦਾਬਾਦ ਜੀ ਔਂਕਰ ਪੈ ਗਈ ਕਬੱਡੀ ਜਿਹਨੇ ਮੈਨੂੰ ਭਗਤਾ ਹਰਬਾਈ ਜੱਜ ਕਰ ਸਕਦੀ ਹੈ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ ਹਦਾਇਤ ਕਰਨਗੇ ਉਹਦੇ ਆਪਾਂ ਪ੍ਰੋਗਰਾਮ ਲਗਾ ਤੋਰਾਂਗੇ ਚੱਲ ਬਈ ਸੋਹਣਿਆ ਔਂਕਰ ਵੇਖੋ ਕਬੱਡੀ ਕਿਹਦੀ ਹੈ ਕਬੱਡੀ ਜਾਬਰ ਕੰਬੋ ਦੀ ਇਮਰਾਨ ਵਾਲੇ ਦੀਆਂ ਟਰਾਈਆਂ ਭਾਜੋ ਭਾਜਾ ਭੱਜ ਤੇਰੇ ਸ਼ੋਰਾਂ ਤੇ ਮਾਲੇ ਵਿੱਚ ਕਦਾਰ ਚਿਸ਼ਤੀ ਰੇਡ ਮਾਰਨ ਦਾ ਪੂਰਾ ਫਨਕਾਰ ਚਿਸ਼ਤੀ ਮਤਲੂਬੇ ਦੀ ਟਰਾਈ ਦੇਖੋ ਉਹ ਦੇਖੋ ਕੀ ਹੋ ਗਿਆ ਇੰਟਰਨੈਸ਼ਨਲ ਭੇੜ ਪੈ ਗਿਆ ਜ਼ਫਰ ਸਟੇਡੀਅਮ ਹਾਏ ਉਹ ਦੇਖੋ ਜੀ ਸ਼ਾਨੀ ਬਸਰਾ ਉੱਧਰ ਨਵੀਆ ਵਿਕਾਸ ਰਹੀਮ ਗੁੱਜਰ ਨੇ ਟਰਾਈ ਕੀਤੀ ਹਾਏ ਕਹਿੰਦਾ ਗੋਦੀ ਚੱਕ ਲੈ ਸਲੱਖਣਿਆ ਯਾਰਾ ਬਈ ਪੈਰ ਖਾ ਲੈ ਭੱਖਣੇ ਨੇ ਪੈਰ ਖਾ ਲੈ ਖੜੇ ਨੇ ਨੰਬਰ ਚਾਪੀ ਦਾ ਕਬੱਡੀ ਪਾਈ ਅਮਰ ਮਸੀਹ ਸਭ ਪਹਿਲੀ ਕਬੱਡੀ ਪਾਇਆ ਨੌਜਵਾਨ ਅਮਰ ਮਸੀਹ ਸੱਪ ਜੀ ਇਸ ਗਰਾਊਂਡ ਦੇ ਵਿੱਚ ਕਹਿੰਦੇ ਟੋਪੇ ਦੀ ਸ਼ਹੀਨ ਆ ਪਾਕਿਸਤਾਨ ਰਾਣਾ ਅਲੀ ਸ਼ਾਹ ਰਾਣਾ ਤੇ ਮਲਕ ਦੁਨੀਆ ਨਹੀਂ ਰਾਣਾ ਤੇ ਮਲਕ ਦੁਨੀਆ ਨਹੀਂ ਟੋਪੀ ਵੇਖਣ ਵਾਲੀ ਹੈ ਦੋਵੇਂ ਤਜਰਬਾਕਾਰ ਪਲੇਅਰ ਨੰਬਰ ਕਿਵੇਂ ਖਾਤੇ ਜੋੜਦਾ ਕਬੱਡੀ 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 ਚਾਪੀ ਫਖਰੇ ਪਾਕਿਸਤਾਨ ਕਮਰ ਬੱਟ ਨਾਲ ਸਾਜਾ ਗੁੱਜਰ ਲੇਕਿਨ ਕਮਰ ਬੱਟ ਲੱਗਾ ਜੋੜਾ ਖਿੱਚਣ ਵਾਲੀ ਗੱਲ ਕੀਤੀ ਹੈ ਬਿਲਕੁਲ ਢੋਲ ਵਾਲੀ ਗੱਲ ਕੀਤੀ ਹੈ ਔਰ ਇਹ ਨੰਬਰ ਚਾਪੀ ਦਾ ਵੀ ਇਹਦਾ ਉੱਧਰ ਨਵੀਦ ਜੱਟ 56 ਜੀਨ ਦੇ ਛੋਟਾ ਘਿਆਲਾ ਇੱਧਰ ਇਮਰਾਨ ਬਾਲਾ ਵਚੀਲਾ ਜੱਟ ਵਿਕਾਸ ਰਹੀਮ ਗੁੱਜਰ ਚਾਹਾਂ ਦੀ ਚੇਨ ਫੈਸਲਾਬਾਦ ਦਾ ਮੁਕਾਬਲਾ ਸਾਹੀਵਾਲ ਮਾਰੀ ਜਦੋਂ ਸ਼ਾਲ ਲਾ ਕੇ ਜ਼ੋਰ ਪੱਟਾ ਨਾਲ ਜੀਓ ਵਿਕਾਸ ਰਹੀਮ ਗੁੱਜਰ ਚੱਕਾ ਜਾਮ ਉਹ ਵੇਖਣਾ ਪਏਗਾ ਹਏ ਜੀਓ ਜਾਫੀਆ ਤੈਨੂੰ ਰੱਬ ਦੇ ਰੱਖਾ ਨੰਬਰ ਜਾਫੀ ਦਾ ਨੰਬਰ ਬਾਰ ਇੱਧਰ ਸਾਜਾ ਗੁੱਜਰ
कमर बट ने की थी ट्राई और सब तुलकिया बल्ले बल्ले पटाके पहने हैं जाफी प्रनाट है कबड्डर फेल है ए आओ देखो सब है केंदा मंत्र पढ़ने अंधी ने केंदा है यार सच्ची भी खड़ी पहला देख रहा है अंक चिश्ती के बगल पे और ज्ञान के लिए पहने हैं मेरे सारे मेंस पासर मोदी अंकर ने पासे स्पीड चिश्ती अगले भी साई बाल का खिलाड़ी होने भी साई बाल का खिलाड़ी आया लव सामने शफीक चिश्ती बड़े तजर्बे बड़ी उम्र ते इनो बाद करे फकीरी का पर मरे दीवाना हूं ना हंगा के लागे सोनिया आय हाय जिन्नी तेरी तरह कबड्डी मलक बिनिया मीन दी राणा ने आ लगा वकास रहीम बिजर बल्ले नाल नाल तुर पिया गबरू ए लगना पता ओ देखो ढौण वाली का ए बल्ले 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 हेकां च हेक बजी है पर नंबर कबड्डर दा अगे साजा गुजर अगे राशिद मलिक ते मतलूब कमर बट हर वरी ट्राई ते दलेरी करदा ए बहादुरी ना जफर मारन दी ट्राई करन दिया ढौण ते धरिया मुंडे ने बा और लक भर लिया है लक टुट गई चरी दा टांडा मरोड़ा ना तू दे रिया ओ बज गई कंची नंबर जफरी दा नंबर डी बड़ा प्यार मिलिया एडी पर स्कूलर पाकिस्तान दे मामर भाई ना जी उधरले पासे शबाज किला जिने बड़े बड़े बड्डे रेडियो ने बतिया देखेंगे सामने ओए हाय क्या बात है यार बिग जफा अगर ए मत खिचिए लेकिन 30 सेकंड का समय बचेगा उधर पंजाब गुजर जी देख रहे हैं कि 10 विसल उधर में पासे कायर जाती दे इसे प्यार भाई देखना यार सही से देख लो ओए मुंडा ओए हाय बंदर रहना अली शाह नाजी अल्लाह अपना चल पावन से पाए गुजर साहब हांडी ने वादरा ने आज खुशिया कहा देख दे छोड़िया आज तेरा भी धरती का मुंडा पंगड़े जत्ते कर रहे हैं बहुत अच्छे ओ हो कहो बाबे 5000 रुपया निशान दा इधर आ जाओ आगे ए पचायो इधरों भी आके निशान में दई आपा अनिशान एक बड़ी कबड्डी पौंदा पे आमर सत सदके जावा क्योंकि पाकिस्तान कबड्डी फेडरेशन के जरिए तमाम मैच ने और रूल्स एंड रेगुलेशन का पूरा ख्याल रखा जाएगा सदके कमर बट ते आमर सप कमर बट सप ओ देखो साए कबड्डी पांदा पिया तबशर जट चल पाई जट्टा ओ देखो ए वाले ने ट्राई के हारे मैं ते कौडी खेलदा आशिक ओ देखो जी सरिया लग गया निकल के कौडी दा सरिया बल्ले हाय राशिद मलिक इनू छेड़ के किसी ने की जाना बन जांदा है लोहे दा थम राशिद इधर चिश्ती दिया खिचा मार खेत में मिला इतने पावर दे रही हो ए बल्ले 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 नंबर जाफरी दा अजब शर्त अली साहब इनकी मैच आखिरी महाक के ऊपर अल्लाह की सोनी रहमत आए है नबी उधर ये पैसे फिर जफा की ना मिलता शबाज इला जिन्हें बड़े बड़े रेडवाने कहीं नथा पाइया ने अज देख रहा है इस मैदान के बच्चे ना बिल्कुल बार में लीग के ऊपर मुकाबला बार सीटें भी की जा रही कोशिश पर मैंने मंगता है तो पॉइंट फसदा रिंदा नाले नखरे जे करदा नखरे कर कर गए बंदे एक ओ असलम बेगर है जो डिप्टी की कुर्सी पे बैठा है उससे धरती ना भेद गए आखिर शिवाद अपने बेगर बाहर दलिया वो सामने अपनी से भेजा कमर बाट ले गाड़ी वाह जी वाह सिद्धके भाई पर शेर बना चट्टा से मुंडे ने आखिरी पप्पा आखिरी कबड्डी पहन गई इस मैच की आखिरी कबड्डी एक करी तालियां मार के आजा बिशाल भी मानिया स्कूल बंदा ना दे पाई तार वेद जाट साहब शक्ति कहने पंजाब कबड्डी एसोसिएशन